ਕੋਰਸ ਤੇ ਤੇ ਵਰਕਸ਼ਾਪ ਦੇ ਦੌਰਾਨ ਸੀ ਕਿ ਉਹਦੇ ਤੋਂ ਹੀ ਤੋਂ ਚੱਲਦਾ ਰਿਹਾ ਜੋ ਚੱਲਦਾ ਸੀ ਸਰ ਕੋਰਸ ਦਾ ਤਾਂ ਇਹ ਗੱਲ ਕੋਰਸ ਨੂੰ ਪਤਾ ਹੀ ਨਹੀਂ ਸੀ ਕਿ ਹਾਂ ਅੱਜ ਵੀ ਕਿਉਂਕਿ ਕਦੇ ਕਲਾਸ ਨਹੀਂ ਲਾਉਂਦੇ ਕੱਟ 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 ਬਸ ਬੈਠੇ ਰਹਿਣਾ ਵੈਲਿਊ ਐਜੂਕੇਸ਼ਨ ਦੀ ਕਲਾਸ ਲਾਉਣ ਤੋਂ ਬਾਅਦ ਬਾਕੀ ਕਲਾਸਾਂ ਦੇ ਵਿੱਚ ਵੀ ਸ਼ੌਕ ਜਾਗਿਆ ਲਾਉਣ ਦਾ ਨੌਲੇਜ ਲੈਵਲ ਤੇ ਕੋਈ ਐਮਬਾਰਗੋ ਨਹੀਂ ਹੈ ਕਿ ਕਿੱਥੇ ਤੱਕ ਸਾਡਾ ਨੌਲੇਜ ਅਸੀਂ ਵਧਾਉਣਾ ਕਿਸੇ ਵੀ ਪ੍ਰੋਗਰੈਸ ਦੇ ਉੱਤੇ ਕਿਸੇ ਵੀ ਤਰੱਕੀ ਦੇ ਉੱਤੇ ਕੋਈ ਇਨੋਵੇਸ਼ਨ ਕੋਈ ਐਮਬਾਰਗੋ ਨਹੀਂ ਹੋਣਾ ਚਾਹੀਦਾ ਬਸ ਆਹੀ ਚੀਜ਼ ਹੈ ਅੱਗੇ ਅਸੀਂ ਕੋਈ ਖੋਜ ਨਹੀਂ ਕਰਨੀ ਅੱਗੇ ਅਸੀਂ ਕੋਈ ਕੋਸ਼ਿਸ਼ ਨਹੀਂ ਕਰਨੀ ਦੋਜ਼ ਆਰ ਦਾ ਥਿੰਗਸ ਵਿਚ ਮਸਟ ਕੰਟੀਨਿਊ ਬਟ ਯੂ ਮਸਟ ਕੰਟੀਨਿਊ ਟੂ ਥਰਾਈਵ ਫੋਰ ਨੌਲੇਜ ਕੰਟੀਨਿਊ ਟੂ ਥਰਾਈਵ ਫੋਰ ਡਿਵਲਪਮੈਂਟ ਐਂਡ ਪ੍ਰੋਗਰੈਸ ਇੱਕ ਜਿਹੜਾ ਮੈਂ ਮਹਿਸੂਸ ਕੀਤਾ ਹੈਗਾ ਕਿ ਇਸ ਦੇ ਕੰਟੈਂਟ ਨਾਲ ਬਿਨਾਂ ਕਿਸੇ ਸਮਝੌਤਾ ਕੀਤੇ ਸੇਮ ਕੰਟੈਂਟ ਰੱਖਦਿਆਂ ਹੋਇਆਂ ਟੀਚਰ ਨੂੰ ਲੋਕਲ ਟੱਚ ਜ਼ਰੂਰ ਦੇਣੀ ਚਾਹੀਦੀ ਹੈ ਔਰ ਯੂਜ਼ੁਅਲੀ ਮੈਂ ਹਮੇਸ਼ਾ ਆਪਣੇ ਲੈਕਚਰ ਮੇਂ ਲੇਟ ਹੋ ਜਾਂਦੀ ਥੀ ਐਂਡ ਦ ਰੀਜ਼ਨ ਵਾਸ ਅਗਲੇ ਟੀਚਰ ਕੋ ਵੇਟ ਕਰਨਾ ਪੜਤਾ ਥਾ ਬਿਕਾਜ਼ ਮੈਨੂੰ ਲੱਗਾ ਥਾ ਕਿ ਆਈ ਐਮ ਸਪੋਜ਼ਡ ਟੂ ਲਿਸਨ ਟੂ ਦੈਮ ਸੋ ਮਾਈ ਹੰਬਲ ਸਜੈਸ਼ਨ ਐਟ ਦਿਸ ਪੁਆਇੰਟ ਇਜ਼ ਦੈਟ ਕਿ ਜੈਸੇ ਹਮ ਔਰ ਸਬਜੈਕਟਸ ਕੇ ਲੀਏ ਪ੍ਰੈਕਟੀਕਲ ਲੈਬਸ ਰੱਖਤੇ ਹੈ ਤੋ ਕਿਆ ਹਮ ਐਸਾ ਕੁਛ ਕਰ ਸਕਤੇ ਹੈ ਕਿ ਕੁਛ ਐਸਾ ਟਾਈਮ ਉਨਕੋ ਦਿਆ ਜਾਏ ਜਿਸਮੇ ਕਿ ਹਮ ਜੀ ਡੀ ਉਨਕੇ ਸਾਥ ਕਰ ਸਕੇ ਕੁਛ ਛੋਟੀ ਛੋਟੀ ਚੀਜ਼ੇ ਉਨਕੋ ਕਰਨੇ ਕੇ ਲੀਏ ਦੇ ਸਕੇ ਸੋ ਦੈਟ ਵੋ ਟਾਈਮ ਮੇਂ ਹਮ ਛੋਟੇ ਛੋਟੇ ਗਰੁੱਪਸ ਮੇਂ ਉਨ ਬੱਚੋਂ ਕੇ ਸਾਥ ਜਬ ਡਿਸਕਸ਼ਨ ਕਰੇ ਤੋ ਸ਼ਾਇਦ ਹਮਾਰਾ ਵੀ ਏਕ ਡਿਮੈਂਸ਼ਨ ਇਨਕ੍ਰੀਜ਼ ਹੋਗਾ ਔਰ ਉਨ ਬੱਚੋਂ ਕਾ ਵੀ ਹੋਗਾ ਬਿਕਾਜ਼ ਟੁਵਰਡਸ ਦੀ ਐਂਡ ਇਟ ਇਜ਼ ਆਲਵੇਜ਼ ਲਾਈਕ ਹਾਈਂਗ ਅਪ ਐਂਡ ਫਿਨਿਸ਼ਿੰਗ ਅਪ ਵਿਦ ਦੀ ਥਿੰਗਸ ਵੈਰੀ ਕੁਇਕਲੀ ਸੈਕਿੰਡ ਇਜ਼ ਜੈਸੇ ਸਾਡੇ ਸੁਜੈਸਟ ਕੀਆ ਤੋ ਬੱਚੇ ਸਮਰ ਔਰ ਵਿੰਟਰ ਮੇਂ ਵਰਕਸ਼ਾਪ ਟ੍ਰੇਨਿੰਗ ਕਰਤੇ ਹੈ ਸੋ ਹਮ ਮਤਲਬ ਆਪਣੇ ਆਪ ਸੇ ਔਰ ਫਰੋਮ ਦੀ ਯੂਨੀਵਰਸਿਟੀ ਹਾਉ ਐਵਰ ਇਟ ਇਜ਼ ਪੋਸੀਬਲ ਵਾਈ ਨੋਟ ਹੈਵ ਯੂ ਨੋ ਸਰਟਨ ਜੈਸੇ ਆਰ ਡੇ ਕੀ ਕੁਛ ਵਰਕਸ਼ਾਪ ਵਾਲੰਟੀਅਰਸ ਲਗਾਤੇ ਹੈ ਸਿਰਫ ਬੱਚੋਂ ਕੇ ਲੀਏ ਵਹਾਂ ਪਰ ਵੋ ਜਾਏ ਜਿਸ ਸੇ ਕਿ ਉਨਕੋ ਵੋ ਐਟਮੋਸਫੇਅਰ ਔਰ ਵੋ ਸਭ ਚੀਜ਼ੇ ਮਿਲ ਸਕੇ ਜਹਾਂ ਪੇ ਕਿ ਵੋ ਆਪਣੇ ਆਪ ਕੋ ਔਰ ਐਕਸਪਲੋਰ ਕਰਕੇ ਡੀਪਲੀ ਸਟੱਡੀ ਕਰ ਸਕੇ ਇਸ ਚੀਜ਼ ਕੋ ਅਤੇ ਮੇਰਾ ਪਰਸਨਲ ਫੀਲਿੰਗ ਹੈ ਸਰ ਕਿ ਅਸੀਂ ਪੀ ਟੀ ਵਾਲਿਆਂ ਨੇ ਚੰਗਾ ਵਰਕਸ਼ ਲਗਾਇਆ ਬੂਟਾ ਲਗਾਇਆ ਹੈ ਨਰਚਰ ਕਰਨਾ ਬਹੁਤ ਜ਼ਰੂਰੀ ਹੈ ਲੈਟਸ ਨੋਟ ਟੇਕ ਐਨੀ ਬਾਇਸ ਟੂ ਬੀ ਨਹੀਂ ਕਿ ਦੋ ਤਿੰਨ ਰਿਜ਼ਲਟ ਯਾਨੀ ਇਸ਼ੂ ਹੈ ਅਤੇ ਇਹਨੂੰ ਥੋੜ੍ਹਾ ਢਿੱਲਾ ਪਾ ਦਿੱਤਾ ਜਾਏ ਬਿਕੋਜ਼ ਲੋਕਾਂ ਨੂੰ ਪਤਾ ਨਹੀਂ ਕਿ ਪੇੜਾਂ ਦਾ ਫਲ ਕੀ ਹੁੰਦਾ ਫਾਇਦਾ ਕੀ ਹੁੰਦਾ ਉਹ ਬਾਅਦ ਦੱਸ ਕਮ ਟੂ ਅਵਰ 10 ਈਅਰਸ ਦੈਨ ਗ੍ਰੀਨਰੀ ਸਟਾਰਟਸ ਕਮਿੰਗ ਇਹਨੀ ਉਹੀ ਪੌਦਾ ਲਗਾਏਗਾ ਜਿਹਦਾ ਫਲ ਮਿਲੇਗਾ ਜਿਹਨੂੰ ਨਹੀਂ ਪਤਾ ਦੇ ਕੀਪ ਟਾਕਿੰਗ ਮੈਨੀ ਥਿੰਗ ਬਟ ਆਈ ਪਰਸਨਲੀ ਕਨਵੇ ਦੈਟ ਡਿਸਟੈਂਸ ਆਈ ਥਿੰਕ ਲੋਟ ਆਫ ਬੈਨੀਫਿਟਸ ਟੂ ਦਾ ਸੋਸਾਇਟੀ ਟੂ ਦਾ ਸਟੂਡੈਂਟ ਕਮਿਊਨਿਟੀ ਆਫਟਰ ਪੀਰੀਅਡ ਆਫ ਟਾਈਮ ਸੈਕਿੰਡਲੀ ਅਸੀਂ ਹੁਣ ਇਹ ਕਲਾਸ ਦੋ ਵਾਰ ਪੜ੍ਹਾ ਚੁੱਕੇ ਹਾਂ ਅਤੇ ਮੇਰਾ ਪਰਸਨਲੀ ਵੀ ਅੱਜ ਤੱਕ 4 ਸਾਲ ਦਾ ਸੈਸ਼ਨ ਰੋਡ ਵਿੱਚ ਪੂਰਾ ਨਹੀਂ ਹੁੰਦਾ ਨਾ ਬਿਕੋਜ਼ ਇਹਦਾ ਐਕਚੁਅਲ ਇੰਪੈਕਟ ਕਮਿੰਗ ਆਊਟ ਆਫ ਦੈਟ ਬਿਕੋਜ਼ ਸਾਡੇ 2 ਸਾਲ ਦੇ ਬੱਚੇ ਜਿਹੜੇ ਪੜ੍ਹ ਗਏ ਨੇ 2 ਸਾਲ ਬੱਚੇ ਨਾਲ ਨਹੀਂ ਪੜ੍ਹਿਆ ਵੈਨ ਦੇ ਇੰਟਰਮਿੰਗਲ ਵੀ ਟੀਚਰ ਦਾ ਐਂਡ ਦੋ ਨੈਗੇਟਿਵ ਥੋਟ ਸਟਾਰਟ ਕਮਿੰਗ ਆਉਂਦਾ ਅਤੇ ਮੇਰਾ ਪੂਰਾ ਕਨਵਿਕਸ਼ਨ ਹੈਗਾ ਕਿ ਜਦ ਤੱਕ ਗਰਾਊਂਡ ਪੂਰਾ ਨਹੀਂ ਹੁੰਦਾ ਦੈਨ ਟਿਲ ਦੈਟ ਵੀ ਡਿਫੀਕਲਟ ਟੂ ਫਾਈਂਡ ਆਊਟ ਕਿਸੇ ਬੈਨੀਫਿਟ ਕੀ ਮਿਲਿਆ ਸੈਕਿੰਡ ਸੇ ਮੈਂ ਇੱਕ ਹੋਤਾ ਇਨਪੁੱਟ ਦੇਵਾਂਗਾ ਕਿ ਅਸੀਂ ਜੇ 2 ਸਾਲ ਬੱਚੇ ਪੜ੍ਹਾ ਚੁੱਕੇ ਹਾਂ ਅਤੇ ਥੋੜ੍ਹਾ ਜਿਹਾ ਉੱਥੇ ਡਿਸਟਰਬੈਂਸ ਹੋ ਜਦੋਂ ਵੀ ਟੇਕ ਲੀਡ ਸਟੂਡੈਂਟ ਲਿਟਲ ਐਨਜੀਅਰ ਬੱਚੇ ਤੋਂ ਲੈ ਕੇ ਆਉਂਦੇ ਨੇ ਡਿਪਲੋਮਾ ਤੋਂ ਦੇ ਸਟਾਰਟ ਪੋਲਿਊਟਿੰਗ ਦਿਸ ਸਿਸਟਮ ਬਿਕੋਜ਼ ਦੇ ਆਰ ਨੋਟ ਗੋਨ ਥਰੂ ਦੇ ਆਰ ਨੋਟ ਹਰਡ ਦਿਸ ਸਬਜੈਕਟ ਐਂਡ ਯੂ ਫਾਈਂਡ ਦੈਟ ਨੈਗੇਟਿਵ ਫੋਰਸ ਅਗੇਨ ਕਮਿੰਗ ਰੈਂਪੈਂਟ ਟੂ ਅਮੰਗਸਟ ਆਰ ਸਟੂਡੈਂਟਸ ਸੋ ਆਈ ਥੋਟ ਕਿ ਸਮਥਿੰਗ ਕੈਨ ਬੀ ਡਨ ਅਬਾਊਟ ਦੋਜ਼ ਸਟੂਡੈਂਟ ਹੂ ਆਰ ਕਮਿੰਗ ਡਿਪਲੋਮਾ ਸਾਈਡ ਆਫ ਮਦਰ ਸੋਰਸਿਸ ਕਿ ਦੇ ਕੈਨ ਬੀ ਗਨ ਰਿਸਰਚ ਫੋਰ ਇਨ ਦ ਪ੍ਰੀਵੀਅਸ ਕਾਲਜ ਔਰ ਮਾਈ ਸਜੈਸ਼ਨ ਬੀ ਦੈਟ ਇਫ ਯੂ ਕੈਨ ਥਿੰਕ ਆਫ ਪੁਟਿੰਗ ਹਿਊਮਨ ਵੈਲਿਊ ਕੋਰਸਿਸ ਸਪਰੈਡ ਓਵਰ 3 ਈਅਰਸ ਟਾਈਮ ਯੂ ਨੋ HEB 1, 2, 3, 4 ਸੋ ਪੀਪਲ ਆਰ ਇਨ ਟੱਚ ਵਿਦ ਦ ਸਬਜੈਕਟ ਇਟਸ ਲਾਈਕ ਯੂ ਵੀ ਥਿੰਕ ਐਜ਼ ਇੰਜੀਨੀਅਰ ਕਿ ਮੈਥ ਇਜ਼ ਵੈਰੀ ਇੰਪੋਰਟੈਂਟ ਮੈਥ 1 ਮੈਥ 2 ਮੈਥ 3 ਐਂਡ ਐਮ ਈ ਔਰ ਸਬਜੈਕਟ ਐਮ ਇੰਟਰੋਡਿਊਸ ਓਕੇ ਸੋ ਆਈ ਥਿੰਕ ਨੋਟ ਆਲ ਪੀਰੀਅਡ ਐਟ ਲੀਸਟ 1 or 2 ਪੀਰੀਅਡ ਐਵਰੀ ਵੀਕ ਵੀ ਸ਼ੁਡ ਗਿਵ ਇਨ ਸਬਜੈਕਟ ਸੋ ਵੀ ਕੈਨ ਕੀਪ ਰਿਵਾਈਵਿੰਗ ਕੀਪ ਹਿਟਿੰਗ ਔਨ ਦੈਟ ਬਿਕੋਜ਼ ਜਿੰਨਾ ਹਿੱਟ ਕਰਾਂਗੇ ਉਨਾ ਹੀ ਇੰਵਾਈਵ ਕਰੇਗਾ ਉਹਨਾਂ ਦਿਮਾਗ ਦੇ ਅੰਦਰ ਅਤੇ ਅਗਰ ਛੋਟੇ ਨਿਸ਼ੇ ਕੇ ਲੈ ਜਾਣ ਮੇਰਾ ਪੂਰਾ ਕਨੈਕਸ਼ਨ ਹੈਗਾ ਕਿ ਕਿਉਂਕਿ ਲੋਟ ਆਫ ਬੈਨੀਫਿਟਸ ਟੂ ਅਸ ਲੋਟ ਆਫ ਐਕਸਪੀਰੀਅੰਸ ਚੇਂਜ ਵਿਲ ਟੇਕ ਪਲੇਸ ਐਂਡ ਜਿੰਨਾ ਵੀ ਸਾਡੀ ਚੇਂਜ ਐਂਡ ਯੂ ਹੈ ਟੂ ਪੇਸ਼ੈਂਟ ਲਾਈਕ ਏ ਪੇਰੈਂਟ ਦੈਟ ਲੋਟ ਆਫ ਪੇਸ਼ੈਂਸ ਹੀ ਬੱਚੇ ਗਰੋ ਕਰਦੇ ਪਏ ਨੇ ਕੀ ਕਰਦੇ ਪਏ ਐਂਡ ਦੈਨ ਦਿਸ ਹੈਜ਼ ਬੀਨ ਮਾਈ ਰਿਕੁਐਸਟ ਡੇਅਰ ਇਨ PCTE ਆਲਸੋ ਇਨ ਨਾਓ ਆਲਸੋ ਇਟ ਵੁੱਡ ਬੀ ਅ ਬਲੇਸਿੰਗ ਫੋਰ ਦ ਪੀਪਲ ਆਫ ਮਨੀਪੁਰ ਇਫ ਵੀ ਇੰਟਰੋਡਿਊਸ ਦਿਸ ਪਰਟੀਕੁਲਰ ਸਬਜੈਕਟ ਐਂਡ ਦੈਨ ਮੈਕ ਮੈਰਿਟ ਪਾਰਟ ਆਫ ਦਿਸ ਸਬਜੈਕਟ ਇਨ ਮਨੀਪੁਰ ਯੂਨੀਵਰਸਿਟੀ
This has been my request, and then I've been thinking about it. Even if they don't enroll it, but then I would definitely do something for my people, and then. So it is my humble suggestion, as the sir has also mentioned, that we need to continue with this process, not only first year, but second year, third year, fourth year. May not be as a core post, but maybe as at least one or two lecture per week. Every student should continue to study this particular course for all the 4 years. Then it will be having the desired impact. Second part is regarding the reluctance of the faculty to attend the workshops and subsequently take this course. So as we are having the senior most faculty, so they are very reluctant. So today, purposefully, I have come over here to make a request to PTU that if they are not coming to attend the workshop, why not we take the workshop to them? So if efforts can be made to conduct their workshop at our campus itself, so that will be very good. And another suggestion is that can we make it compulsory for all the faculty members of all the colleges to attend the workshop at least once in their career and teach the subject at least for once. Therefore, definitely we will be able to evolve some of the dedicated teachers who are in a better position to teach this subject, rather than asking each and everybody to go and teach this subject. I mean, many of the teachers, they are feeling that they have been forced to teach this subject. That is my personal feeling. So another thing is that along with teaching this particular subject, one has to be focusing a lot of time on to development of this particular subject. But many of the senior faculty members, they are having so many other works to do. They are not able to do so. They are unable to do so. So it means that we have to develop a team of such people, such teachers, who can dedicatedly teach this particular subject only. Then only we can have, I think, the desired results. ਇਹ ਸਰ ਵੈਲਿਊ ਐਜੂਕੇਸ਼ਨ ਨਾਲ ਜਦੋਂ ਮੈਨੂੰ ਪਹਿਲੀ ਕਾਲ ਆਈ ਤਕਰੀਬਨ 2 ਸਾਲ ਪਹਿਲਾਂ ਮੈਂ ਉਦੋਂ ਤੋਂ ਲੈ ਕੇ ਬਾਬਾ ਜੀ ਨੂੰ ਦੱਸ ਦਿੱਤਾ ਹਰ ਵਰਕਸ਼ਾਪ ਹਰ ਅਟੈਂਡ ਕਰਦਾ ਹੈਦਰਾਬਾਦ ਵੀ ਜਾਏ ਹਫ਼ਤੇ ਦੀ ਮੀਟਿੰਗ ਉੱਤੇ ਮੈਂ ਇੰਨੇ ਵਰਕਸ਼ਾਪ ਅਟੈਂਡ ਕਰਨ ਤੋਂ ਬਾਅਦ ਦੇਖਿਆ ਕਿ ਇਹ ਚੀਜ਼ ਇੰਡੀਆ ਦੇ ਵਿੱਚ ਕਾਲਜਿਸ ਦੇ ਵਿੱਚ ਜਦ ਤੋਂ 10 ਸਾਲ ਪਹਿਲਾਂ ਹੁੰਦੀ ਸ਼ੁਰੂ ਹੋ ਜਾਂਦੀ ਤਾਂ ਅੱਜ ਆਪਣੇ ਬੱਚਿਆਂ ਦੀ ਪੂਰੇ ਯੂਰੋਪੀਅਨ ਕੰਟਰੀ ਦੇ ਵਿੱਚ ਡਿਮਾਂਡ ਹੁੰਦੀ ਸੀ ਇੰਨਾ ਫਰਕ ਪੈਂਦਾ ਕਿਉਂਕਿ ਮੈਂ 10 ਦਿਨ ਹੈਦਰਾਬਾਦ ਲਾਏ ਅਪਲਾਈ ਕੀਤੇ ਉੱਥੇ ਮੈਂ ਖੁਦ ਦੇਖਿਆ ਕਿ ਉਹ ਬੱਚਿਆਂ ਦਾ ਅਤੇ ਆਪਣੇ ਉਹ ਬੱਚਿਆਂ ਦਾ ਜਿਹੜਾ ਅੱਜ ਤੱਕ ਇਸ ਨੂੰ ਸਮਝੇ ਨਹੀਂ ਲੋਟ ਆਫ ਡਿਫਰੈਂਸ ਦਿੱਤੇ ਸਾਰੇ ਬੱਚੇ ਆਪਣਾ ਕੰਮ ਹੱਥਾਂ ਨਾਲ ਕਰੀ ਜਾਂਦੇ ਨੇ ਇੱਥੇ ਆਪਣੇ ਘਰ 'ਚ ਦੇਖੀਏ ਕਿ ਬੱਚਿਆਂ ਦਾ ਇਹ ਹਾਲ ਹੈ ਕਿ ਮੰਮੀ ਕਿਚਨ 'ਚ ਹੁੰਦੀ ਹੈ ਅਤੇ ਜੇ ਬੇਟਾ ਬਾਥਰੂਮ 'ਚ ਹੋਵੇ ਤਾਂ ਉੱਥੋਂ ਉਹਨੂੰ ਵਾਜਾਂ ਮਾਰਦਾ ਮੰਮੀ ਮੈਨੂੰ ਆਹ ਚੀਜ਼ ਪਕੜਾ ਜਾ ਆਹ ਪਕੜਾ ਜਾ ਆਹ ਪਕੜਾ ਜਾ 10 ਵਾਰੀ ਮੰਮੀ ਨੂੰ ਕਿਚਨ 'ਚੋਂ ਬਾਥਰੂਮ 'ਚ ਜਾਣਾ ਪੈਂਦਾ ਤਾਂ ਇਹੀ ਵਰਕਸ਼ਾਪ ਮੈਂ ਤਾਂ ਇਹ ਚਾਹੁੰਦਾ ਕਿ ਇਹ ਫਰੋਮ ਦਾ ਵੈਰੀ ਬਿਗਨਿੰਗ ਸਟੂਡੈਂਟ ਲਾਈਫ ਦੇ ਵਿੱਚ ਜੇ ਸ਼ੁਰੂ ਹੋ ਜੇ ਇਹਦੇ ਵਾਸਤੇ ਸਹਿਯੋਗ ਚਾਹੀਦਾ ਆਪਣੀ ਸਰਕਾਰ ਜਦ ਤੱਕ ਪੂਰੀ ਇੰਡੀਆ ਦੀ ਸਰਕਾਰ ਜਾਂ ਸਟੇਟ ਦੀ ਸਰਕਾਰਾਂ ਇਸ ਨੂੰ ਨਹੀਂ ਸਮਝਣਗੀਆਂ ਤਦ ਤੱਕ ਤਾਂ ਲਾਗੂ ਨਹੀਂ ਕਰਨਗੀਆਂ ਤਾਂ ਜੇ ਉਹ ਇਹ ਵਰਕਸ਼ਾਪਾਂ ਦੇ ਵਿੱਚ ਕਿਵੇਂ ਨਾ ਕਿਵੇਂ ਬਈ ਹੁਕਣ ਗਰੁੱਪ ਆਹਿਸਤਾ ਆਹਿਸਤਾ ਸਾਰੇ ਮੰਤਰੀਆਂ ਨੂੰ ਸ਼ਾਮਿਲ ਕਰ ਲਿਆ ਜਾਵੇ ਉਸ ਤੋਂ ਬਾਅਦ MLA ਨੂੰ ਸ਼ਾਮਿਲ ਕਰ ਲਿਆ ਜਾਵੇ ਪ੍ਰਤੀਨਿਧੀਆਂ ਨੂੰ ਸਾਰਿਆਂ ਨੂੰ ਸ਼ਾਮਿਲ ਕਰ ਲਿਆ ਜਾਵੇ ਤਾਂ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਰੋਜ਼ ਹੀ ਸੁਣਨ ਨੂੰ ਦੇਖਦੇ ਆਪਾਂ ਪੜ੍ਹਦੇ ਹਾਂ ਪਹਿਲੀ ਗੱਲ ਤਾਂ ਜਿਹੜੇ ਐਡੇ ਐਡੇ ਸਕੈਮ ਹੋ ਰਹੇ ਨੇ ਉਹ ਘੱਟ ਜਾਣ ਅੰਨਾ ਹਜ਼ਾਰੇ ਜੀ ਵਾਲਾ ਕੰਮ ਹੋ ਜੇ ਤਾਂ ਉਹ ਦੁਬਾਰੇ ਫਿਰ ਇੰਡੀਆ ਸੋਨੇ ਦੀ ਚਿੜੀਆ ਬਣ ਸਕਦੀ ਹੈ ਲੇਕਿਨ ਮੈਂ ਇੱਕ ਅਰਜ਼ ਜ਼ਰੂਰ ਕਰਾਂਗੀ ਸਰ ਜਿਸ ਤਰ੍ਹਾਂ 2011 ਔਰ 12 ਬੈਚ ਹੈ 9 ਤਾਂ ਚਲੋ ਨਿਕਲ ਗਿਆ ਹੁਣ ਵੀ ਹੈ 1 ਬੈਚ ਬਟ ਇੱਕ ਕੋਰਸ ਜਦ ਤੱਕ ਅਸੀਂ ਉਹਨਾਂ ਨੂੰ ਹੌਲੀ ਹੌਲੀ ਦੱਸ ਪਾਉਂਦੇ ਹਾਂ ਦਿਸ ਕੋਰਸ ਗੈਟਸ ਓਵਰ ਐਂਡ ਯੂ ਸੀ ਸਮਥਿੰਗ ਔਨ ਐਨ ਔਨ ਗੋਇੰਗ ਬੇਸਿਸ ਲਾਈਕ ਅ ਕੈਪਸੂਲ ਕੋਰਸ ਔਰ ਅ ਮੋਡਿਊਲ ਔਰ ਅ ਫਰੈਸ਼ਰ ਆਫ ਐਂਡ ਔਨ ਦਿਸ ਵਿਲ ਬੀ ਰੀਅਲੀ ਵੈਰੀ ਬੈਨੀਫਿਸ਼ੀਅਲ ਔਰ ਹਮ ਵੀ ਕਈ ਵਾਰ ਜਾਣਦੇ ਹੋਏ ਵੀ ਆਪਣੇ ਰੁਝੇਵੇਂ ਬਾਕੀ ਇੰਨੇ ਹੋ ਜਾਂਦੇ ਕਿ ਅਸੀਂ ਇੰਪਲੀਮੈਂਟ ਨਹੀਂ ਕਰ ਪਾਉਂਦੇ ਲੇਕਿਨ ਉਸ ਵੇਲੇ ਤੁਹਾਡੇ ਵੱਲੋਂ ਕੋਈ ਯਾਦ ਆ ਜਾਏ ਕਰਾ ਦੇ ਕਿ ਵੀ ਇਹ ਚੀਜ਼ ਹੋ ਸਕਦੀ ਹੈ ਇਸ ਤਰ੍ਹਾਂ ਵੀ ਵੁੱਡ ਬੀ ਵੈਰੀ ਹੈਪੀ ਬਿਲਕੁਲ ਠੀਕ ਹੈ ਜੀ ਵੈਸੇ ਉਹ ਚੀਜ਼ ਡੈਫੀਨੇਟਲੀ ਜਿਵੇਂ ਸਾਡੇ ਪੀਟੀਯੂ ਚ ਹੁੰਦੀ ਹੈ ਨਾ ਇੰਸਟੀਟਿਊਸ਼ਨਲ ਟ੍ਰੇਨਿੰਗ ਹੁੰਦੀ ਹੈ ਬੱਚੇ ਦੇ ਸੀ ਕੋਈ ਟੈਕਨੀਕਲ ਕੋਈ ਨੌਲੇਜ ਦਿੰਦੇ ਸੀ C++ ਵੀ ਦੀ ਇਸ ਤਰ੍ਹਾਂ ਦਿੰਦੇ ਵਿੱਚ ਉਹ ਆਪਣੇ ਚੱਲਦੀ ਹੈ ਥਰਡ ਸਮੈਸਟਰ ਤੋਂ ਪਹਿਲਾਂ ਚੱਲਦੀ ਸੈਕਿੰਡ ਸਮੈਸਟਰ ਤੋਂ ਬਾਅਦ ਅਤੇ ਥਰਡ ਸਮੈਸਟਰ ਤੋਂ ਪਹਿਲਾਂ
ਪਰ ਉਹਦਾ ਜੋ ਵਾਈਵਾ ਹੁੰਦਾ ਨਾ ਉਹ ਥਰਡ ਸਮੈਸਟਰ ਦੇ ਐਂਡ 'ਚ ਹੁੰਦਾ ਜਾ ਕੇ ਤਾਂ ਉਹ ਰਿਫਰੈਸ਼ ਕਰ ਦਿੰਦਾ ਜਿੰਨਾ ਉਹਨਾਂ ਨੇ ਉਸ ਟਾਈਮ ਪੜ੍ਹਿਆ ਹੁੰਦਾ ਇਸ ਕਾਇੰਡ ਦਾ ਰਿਫਰੈਸ਼ਰ ਕੁਛ ਸੀ ਸੋ ਜਿਸ ਤਰ੍ਹਾਂ ਵੀ ਸੀ ਸਾਹਿਬ ਨੇ ਕਿਹਾ ਕਿ ਅਸੀਂ ਪ੍ਰੀ ਫਾਈਨਲ ਈਅਰ ਸਟੂਡੈਂਟਸ ਨੂੰ ਫਰੋਮ ਦਾ ਕਰੀਅਰ ਪ੍ਰੋਸਪੈਕਟਸ ਕਿਸ ਤਰ੍ਹਾਂ ਹੈ ਉਸ ਟਾਈਮ 'ਤੇ ਇੱਕ ਅਸੀਂ ਜ਼ਰੂਰ ਲੈ ਸਕਦੇ ਹਾਂ ਇਟ ਕੈਨ ਮੋਟੀਵੇਟ ਦੈਮ ਟੂ ਥਿੰਕ ਔਨ ਦਾ ਰਾਈਟ ਲਾਈਨਸ ਇਟ ਕੈਨ ਬੀ ਡਨ ਵੀ ਆਰ ਵੈਰੀ ਓਪਨ ਟੂ ਡੂਇੰਗ ਬਾਕੀ ਇੱਕ ਗੱਲ ਹੋਰ ਮੈਂ ਇਹ ਕਹਿਣੀ ਚਾਹੁੰਦਾ ਜੀ ਪੀਟੀਸੀ ਨੂੰ ਜਿਹੜੀ ਆਪਣੀ ਵਰਕਸ਼ਾਪਸ ਲੱਗਦੀਆਂ ਨੇ ਕਿਉਂਕਿ ਮੈਂ ਇਹ ਗੱਲ ਜਿਹੜੀ ਹੁਣ ਲਾਸਟ 8 ਦਿਨ ਦੀ ਵਰਕਸ਼ਾਪ ਲੱਗੀ ਸੀ ਲੁਧਿਆਣੇ ਦੇ ਨਾਲ ਉੱਥੇ ਇਹ ਫੀਲ ਕੀਤਾ ਜਿਹੜੀ ਵਰਕਸ਼ਾਪ ਮੈਂ ਉਸ ਤੋਂ ਪਹਿਲਾਂ ਅਟੈਂਡ ਕੀਤੇ ਨੇ ਜਿੰਨੀ ਗਹਿਰਾਈ 'ਚ ਜਿੰਨੀ ਡੈਪਥ 'ਚ ਵਰਕਸ਼ਾਪ ਸੀ ਉਹ ਵਰਕਸ਼ਾਪ ਨਹੀਂ ਗਈ ਉਹਦੇ ਵਿੱਚ ਜਿਹੜੇ ਲੋਕਲ ਮਤਲਬ ਕਿ ਕਾਲਜ ਦੇ ਹੀ ਕਹਿੰਦੀ ਸੀ ਕਿ ਬਹੁਤ ਇੰਟਰਪਟ ਕਰ ਰਹੇ ਸੀ ਈਵਨ ਕਿ ਫੀਡਬੈਕ ਦੇ ਵਿੱਚ ਵੀ ਜਦਕਿ ਫੀਡਬੈਕ ਬੰਦੇ ਦਾ ਦਿਲ ਦਾ ਹੁੰਦਾ ਅਗਲਾ ਦਿਲੋਂ ਬੋਲਦਾ ਹੁੰਦਾ ਕਿ ਉਹ ਕੋਈ ਨਹੀਂ ਚਾਹੁੰਦਾ ਕਿ ਮੇਰੀ ਫੀਡਬੈਕ ਦੇ ਵਿੱਚ ਕੋਈ ਐਟਲੀਸਟ ਮੈਨੂੰ ਤਾਂ ਲੱਗਦਾ ਹਾਲੇ ਮੈਂ ਕਿਉਂਕਿ ਇੰਨੀ ਹਾਲੇ 6 ਮਹੀਨੇ 7 ਮਹੀਨੇ ਹੋਏ ਨੇ ਮੈਨੂੰ ਵਰਕਸ਼ਾਪ ਲਗਾਉਂਦੇ ਹੋਏ ਵੀ ਇੰਨਾ ਤਾਂ ਹੋਇਆ ਨਹੀਂ ਵੀ ਮੈਂ ਇੰਨਾ ਸਰ ਜਿੰਨਾ ਜਿੰਨਾ ਮਨ ਹੋਈ ਇਹਦਾ ਜਿੰਨੀ ਉਹਨਾਂ 'ਚ ਪੇਸ਼ੈਂਸ ਆ ਵੀ ਮੇਰੇ 'ਚ ਉਹਨਾਂ ਪੇਸ਼ੈਂਸ ਆ ਐਟਲੀਸਟ ਇਹ ਚੀਜ਼ ਹੋਈ ਆ ਜਿਹੜੇ ਲਗਾਉਣੀ ਚਾਹੁੰਦੇ ਨੇ ਵਰਕਸ਼ਾਪਸ ਠੀਕ ਆ ਜਦ ਤੱਕ ਤੁਸੀਂ ਉੱਥੇ ਇੰਨੇ ਫੀਡਬੈਕਸ ਕਿਹਾ ਅਸੀਂ ਫੋਰਸਫੁਲੀ ਭੇਜੇਗੇ ਠੀਕ ਹੈ ਇੱਕ 11 ਸਾਲ ਦੀ ਬੈਠੀ ਬੱਚੀ ਉੱਥੇ ਬੈਠ ਰਹੀ ਹੈ ਕੁਸਚਨ ਪੁੱਛ ਰਹੀ ਹੈ ਜਦੋਂ ਕੁਸਚਨ ਪੁੱਛਦੀ ਸੀ ਉਦੋਂ ਕਲੈਪਸ ਹੁੰਦੀਆਂ ਸੀ ਕਲੈਪਿੰਗਸ ਹੁੰਦੀਆਂ ਸੀ ਹਾਂ ਜਿਹਨੇ ਕੁਸਚਨ ਪੁੱਛੇ ਫੀਡਬੈਕ ਦੇ ਵਿੱਚ ਮੈਂ ਕਿਹਾ ਸੀਨੀਅਰ ਜਿਨ੍ਹਾਂ ਨੇ ਐਮ ਸੀ ਏ ਕੀ ਐਮ ਟੈਕ ਕੀਤੀ ਹੋਊਗੀ ਉਹਦੇ ਨਾਲੋਂ ਵੀ ਵਧੀਆ ਨੇ ਫੀਡਬੈਕ ਕੀਤੀ ਤੁਸੀਂ ਗਿਲਟੀ ਹੋ ਤੁਸੀਂ ਸਟੂਡੈਂਟਸ ਦਾ ਅੱਗੇ ਫਿਊਚਰ ਬਣਾਉਣਾ ਵਾ ਤੁਸੀਂ ਇੱਥੇ ਨੈਗੇਟਿਵ ਦੇ ਰਹੇ ਹੋ ਖੁਦ ਤੁਸੀਂ ਨੈਗੇਟਿਵ ਦੇ ਰਹੇ ਹੋ ਖੁਦ ਸੁਣ ਨਹੀਂ ਰਹੇ ਹੈਗੇ ਤੁਸੀਂ ਕੂਟਿੰਗ ਹੋ ਰਹੀ ਹੈ ਹਰਾਸ਼ ਕਰ ਰਹੇ ਹੋ ਤੁਸੀਂ ਜਿਹੜੇ ਹੋਰ ਬੈਠੇ ਉਹ ਬੱਚਾ ਕੀ ਸਿੱਖੂਗਾ ਨੈਗੇਟਿਵ ਹੀ ਲਊਗਾ ਉਹ ਇਹ ਕਹੂਗੀ ਵੀ ਹਾਂ ਇਹ ਪ੍ਰੋਫੈਸਰ ਐਂ ਕਰ ਰਹੇ ਨੇ ਇੱਕ ਬੰਦਾ ਹੋ ਰਿਹਾ 10 ਪ੍ਰੋਫੈਸਰ ਐਂ ਕਰ ਰਹੇ ਨੇ ਮੈਂ ਆਪਣੀ ਬੇਟੀ ਨੂੰ ਬਾਅਦ 'ਚ ਸਮਝਾਇਆ ਮੈਂ ਕਿਹਾ ਬੇਟਾ ਜਿਹੜੀ ਆਮ ਵਰਕਸ਼ਾਪਸ ਲੱਗਦੀ ਆ ਜੋ ਮੈਂ ਬਾਬਾ ਬੰਦਾ ਸਿੰਘ ਬਹਾਦਰ ਜੱਜ ਤੱਕ ਜਿੰਨੀ ਵਾਰ 3 ਵਾਰ ਅਟੈਂਡ ਕੀਤੀ ਆ ਜੋ ਇੰਨੀ ਡੈਪਥ 'ਚ ਜਾਂਦੀ ਆ ਇਹ ਸਿਰਫ 25th ਲਗਾ ਲਓ ਤੁਸੀਂ 25% ਦੇ ਉਹਦੇ ਵਿੱਚੋਂ ਵੀ ਤੁਹਾਨੂੰ 5-7% ਹੀ ਸਮਝ ਆਇਆ ਮੇਰਾ ਇਹੀ ਸੁਝਾਅ ਆ ਵੀ ਜੇ ਜਿਨ੍ਹਾਂ ਨੂੰ ਤੁਸੀਂ ਕਹਿਣਾ ਘੱਟੋ ਘੱਟ ਐਟਲੀਸਟ ਇੰਨਾ ਵੀ ਕਲਾਸ ਨੂੰ ਇੰਟਰਪਟ ਤਾਂ ਨਾ ਕਰੋ 3 ਦਿਨ ਤੱਕ ਤਾਂ ਠੀਕ ਹੈ ਇੰਟਰਪਸ਼ਨ ਚੱਲਦੀ ਹੈ ਕੋਈ ਗੱਲ ਨਹੀਂ ਸੈਟਲ ਹੋਣ ਨੂੰ ਟਾਈਮ ਲੱਗਦਾ ਵਾ ਉਸ ਤੋਂ ਬਾਅਦ ਲਾਸਟ ਡੇ ਤੱਕ ਫੀਡਬੈਕ ਤੱਕ ਸੇਮ ਚੱਲਦਾ ਮੇਰੇ ਫਾਦਰ ਮੇਰੇ ਪੇਰੈਂਟਸ ਨੇ ਫੈਮਲੀ ਦਾ ਮਤਲਬ ਕਿ ਫੈਮਲੀ ਜਦ ਤੱਕ ਫੈਮਲੀ ਦਾ ਟੋਪਿਕ ਚੱਲਿਆ ਉਦੋਂ ਤੱਕ ਉਹਨਾਂ ਨੇ ਲਗਾਈ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਨਹੀਂ ਬਸ ਠੀਕ ਹੈ ਜਦੋਂ ਜਾਂ ਤਾਂ ਅਸੀਂ ਕਾਨਪੁਰ ਲਗਾਵਾਂਗੇ ਨਹੀਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਚੱਲਾ ਵੀ ਇੰਨੀ ਜ਼ਿਆਦਾ ਇੰਟਰਪਸ਼ਨ ਆ ਵੀ ਸੀਨੀਅਰ ਇਹ ਗਲਤੀ ਹੋ ਗਈ ਨਹੀਂ ਕੁਛ ਇਹ ਸੁਝਾਅ ਆ ਵੀ ਬਾਕੀ ਠੀਕ ਹੈ ਥੈਂਕ ਯੂ ਕਿ ਮੈਂ ਚਾਹੁੰਦਾ ਕਿ ਇਹ ਜਿਹੜੀ ਗੱਲ ਇੱਥੋਂ ਬੜੀ ਅੱਛੀ ਨਿਕਲੀ ਹੈ ਔਰ ਇਹ ਸਾਰੇ ਜਿੰਨੇ ਕਾਲਜ ਉਹਨਾਂ ਤੱਕ ਵੀ ਜਾਵੇ ਮੀਡੀਆ ਤੱਕ ਵੀ ਜਾਵੇ ਔਰ ਜਿਸ ਇੰਸਟੀਟਿਊਸ਼ਨ ਵੀ ਬੈਠ ਕੇ ਸਾਰਾ ਕੁਛ ਕੀਤਾ ਯੂਨੀਵਰਸਿਟੀ 'ਚ ਆਪਾਂ ਗੱਲ ਕਰ ਰਹੇ ਹਾਂ ਉਹ ਜਿਹੜੇ ਬਾਕੀ ਵੀ ਰੈਸਟ ਆਫ ਸਟੂਡੈਂਟਸ ਨੇ ਰੈਸਟ ਆਫ ਫੈਕਲਟੀ ਹੈ ਉਹਨਾਂ ਨੂੰ ਵੀ ਪਤਾ ਲੱਗੇ ਕਿ ਅਗਰ ਉਹਨਾਂ ਨੇ ਇਸ ਚੀਜ਼ ਦੇ ਪਿੱਛੇ ਆਏ ਤਾਂ ਉਹਨਾਂ ਨੂੰ ਕਿੰਨਾ ਫਾਇਦਾ ਹੋਵੇ ਕੋਰਸ 'ਤੇ ਅਤੇ ਵਰਕਸ਼ਾਪ ਦੇ ਦੌਰਾਨ ਅਸੀਂ ਪੀਰੀਅਡ ਉਹਦੇ 'ਚ ਉਹੀ ਕੁਛ ਚੱਲਦਾ ਰਿਹਾ ਜੋ ਚੱਲਦਾ ਸੀ ਸਰ ਕੋਰਸ ਦਾ ਤਾਂ ਇਹ ਗੱਲ ਕੋਰਸ ਸਾਨੂੰ ਪਤਾ ਹੀ ਨਹੀਂ ਸੀ ਵੀ ਹਾਂ ਅੱਜ ਵੀ ਕਿਉਂਕਿ ਕਦੇ ਕਲਾਸ ਨਹੀਂ ਲਾਉਂਦੇ ਘੱਟ ਬਸ ਅਤੇ ਬਾਅਦ 'ਚ ਪ੍ਰੈਕਟੀਕਲੀ ਕੀਤਾ ਉਹਨੂੰ ਉਦੋਂ ਬਹੁਤ ਜ਼ਿਆਦਾ ਜੇ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਵੀ ਹਾਂ ਐਚ ਵੀ ਕਹਿੰਦੇ ਸੀ ਯਾਰ ਕੀ ਹੈ ਇਹ ਸਮਝ ਹੀ ਨਹੀਂ ਆਉਂਦੀ ਵੀ ਹਾਂ ਕੀ ਸੰਬੰਧ ਕੀ ਕਈ ਤਾਂ ਗੱਲ ਆਇਆ ਸੀ ਕਿ ਸ਼ਬਦ ਸੁਣੇ ਨਹੀਂ ਹੁੰਦੇ ਸੀ ਵੀ ਹਾਂ ਕੀ ਹੈ ਯਾਰ ਬੈਠੇ ਰਹਿਣਾ ਅੱਛਾ ਵੈਲਿਊ ਐਜੂਕੇਸ਼ਨ ਦੀ ਕਲਾਸ ਲਾਉਣ ਤੋਂ ਬਾਅਦ ਬਾਕੀ ਕਲਾਸਾਂ ਦੇ ਵਿੱਚ ਵੀ ਸ਼ੌਕ ਜਾ ਗਿਆ ਲਾਉਣ ਦਾ ਬਹੁਤ ਜ਼ਿਆਦਾ ਪਲੀਜ਼ ਕਿਤਨੀ ਇਸ ਵਾਰੀ ਹਾਂਜੀ ਸਭ ਪਲੀਜ਼ ਕਿਤਨੀ ਸਭ ਲਈ ਸਰ 14 ਸੀ 2 ਪੇਪਰ ਨਿਕਲੇ ਸੀ ਹੋਪ ਹੈ ਵੀ ਇਹ ਕਿ 7-8 ਨਿਕਲ ਜਾਣਗੇ ਸਰ ਕੀ 7-8 ਨਿਕਲ ਜਾਣਗੇ ਮਤਲਬ ਹੈਗਾ ਇਕੱਠਾ ਦੇ ਵੀ ਆਰਾਮ ਨਾਲ ਸਰ ਉਹ ਵਾਰੀ ਲਈ ਨਾ ਸਰ ਵਰਕਸ਼ਾਪ ਵੀ ਦਸੰਬਰ 12 ਚ ਲਾਈ ਸੀ ਉਸ ਤੋਂ ਬਾਅਦ ਪੇਪਰ ਇੱਕ ਹੋ ਜੂ ਮੈਂ ਦੇਖ ਰਿਹਾ ਉਹ ਜਿਹੜੀ ਉਹ ਸੀਰੀਅਲ ਹੈ ਨਾ ਉਹ ਮੈਨੂੰ ਜ਼ਿਆਦਾ ਇੰਟਰਸਟ ਕਰ ਰਿਹਾ ਵਰਕਸ਼ਾਪ ਵਾਲਾ ਜਿਹੜਾ ਨਾ ਵੈਰੀ ਗੁੱਡ ਐਸਬੀ ਸਿੰਘ ਸਰ ਦੀ ਗੱਲ ਵੀ ਬੜੀ ਇੰਪੋਰਟੈਂਟ ਹੈ ਵੀ 4 ਵਾਰੀ ਪੜ੍ਹਾਇਆ ਹੁਣ 5ਵੀਂ ਵਾਰੀ ਸਬਜੈਕਟ ਪੜ੍ਹਾਉਣਾ ਹੈ ਤਾਂ ਇੱਕ ਅੰਦਰ ਇੱਕ ਇਹ ਗੱਲ ਹੁਣ ਦਿਖਣ ਲੱਗ ਗਈ ਬਹੁਤ ਹੀ ਕਲੈਰਿਟੀ ਨਾਲ ਕਿ ਜਦੋਂ ਆਪਣੇ ਅੰਦਰ ਇਹ ਕਲੀਅਰ ਹੋ ਗਿਆ ਕਿ ਇੰਨੀ ਦੇਰ ਟੀਚਿੰਗ ਕੀਤੀ ਹੈ ਟੈਕਨੋਲੋਜੀ ਪੜ੍ਹਾਈ ਹੈ ਬਹੁਤਾ ਟਾਈਮ ਤਾਂ ਟੀਚਿੰਗ ਹੀ ਕੀਤੀ ਹੈ ਨਾ ਕਿ ਕਾਲਜ ਦੇ ਅੰਦਰ ਕਾਲਜ ਤੋਂ ਬਾਹਰ ਵੀ ਹੁਣ ਹਿਊਮਨ ਵੈਲਿਊ ਨੂੰ ਸਮਝਦਾ ਇਹ ਸਮਝ ਲੱਗੀ ਕਿ ਇਸ ਵਾਰੀ ਹਿਊਮਨ ਵੈਲਿਊ ਪੜ੍ਹਾਉਣੀ ਹੈ ਅਤੇ ਉਹ ਜੀਨ 'ਚ ਕਿਵੇਂ ਆਵੇ ਤਾਂ ਮੈਨੂੰ ਲੱਗਦਾ ਹੈ ਕਿ ਟੀਚਰ ਦੇ ਮਹਿਨੇ ਚੇਂਜ ਹੋ ਗਏ
टीचर जींदा है तो स्टूडेंट नूं देख के सीखता है, सिंपल जी लाइन है। ऑब्जर्वेशन यह है कि वर्कशॉप का असर ज्यादा है तो क्लास का असर घट है, तो मैं उसका आंसर तुसीं दे दिता तो मैनूं भी यही लगा कि फर्क सिर्फ इन्ना ही है कि टीचर क्लास पढ़ावे या वर्कशॉप पढ़ावे। जिहड़ा टीचर जींदा है उसका असर है, जिहड़ा नहीं जींदा उसका नहीं असर है। जिहड़े वर्कशॉप कुदरती रिसोर्स पर आउंदे ने वो जींदे ने, बच्चे कह ही रहे जिहड़े जींदे ने उन्हां दा असर है। जे असीं कॉलेज जीण लग जाएंगे तो क्लास भी असर हो जाएगा सब्जेक्ट। ਬਸ ਥੈਂਕ ਯੂ ਡਾਕਟਰ ਵਾਲਾ ਨੇ, ਅਸੀਂ ਵਿਸ਼ ਵੀ ਕਰਦੇ ਹਾਂ ਅਤੇ ਥੈਂਕਸ ਵੀ ਕਰਦੇ ਹਾਂ ਸਰ ਕਿ ਤੁਸੀਂ ਇਹ ਸਾਰਾ ਜਿਹੜਾ ਇਹਨਾਂ ਬੱਚਿਆਂ ਦੇ ਵਿੱਚ ਜੋ ਕੰਮ ਹੋਇਆ ਉਹ ਡਾਕਟਰ ਗਰੇਵਾਲ ਦੀ ਰਹਿਨੁਮਾਈ ਦੇ ਅੰਦਰ ਹੀ ਹੋਇਆ, ਇੰਨਾ ਸਾਰਾ ਮੌਕਾ ਮਿਲਿਆ ਸਾਨੂੰ। ਖਾਸ ਤੌਰ 'ਤੇ ਸਾਨੂੰ ਫੈਕਲਟੀ ਮੈਂਬਰਸ ਨੂੰ ਵੀ ਇਸ ਗੱਲ ਦੇ ਲਈ ਆਜ਼ਾਦ ਕਰੀ ਰੱਖਿਆ ਕਿ ਤੁਸੀਂ ਜੋ ਵੀ ਐਕਸਪੈਰੀਮੈਂਟ ਕਰਨਾ ਚਾਹੁੰਦੇ ਹੋ ਕਰਦੇ ਰਹੋ, ਅਤੇ ਅਸੀਂ ਕਰਦੇ ਰਹੇ, ਇਹਨਾਂ ਦਾ ਥਾਪੜਾ ਸਾਡੇ ਸਿਰ 'ਤੇ ਰਿਹਾ। ਬੱਚੇ ਵੀ ਮੈਨੂੰ ਹਰਮਨ ਦੀ ਇੱਕ ਗੱਲ ਯਾਦ ਆਉਂਦੀ ਹੈ, ਇਹਨੇ ਕਿਹਾ ਕਿ ਜਦੋਂ ਦਸੰਬਰ ਦੀ ਵਰਕਸ਼ਾਪ ਲਈ ਉਸ ਤੋਂ ਬਾਅਦ ਇੱਕ ਵਾਰੀ ਇਨਫੋਰਮਲ ਗੱਲਾਂ ਕਰਦੇ ਇਹਨੇ ਇੱਕ ਗੱਲ ਕਹੀ ਕਿ ਸਰ ਮੈਨੂੰ ਇਹ ਨਹੀਂ ਲੱਗਦਾ ਸੀ ਕਦੇ ਕਿ ਮੈਂ ਆਪਣੇ ਟੀਚਰ ਨਾਲ ਵੀ ਸਿੱਧੀ ਗੱਲ ਕਰ ਸਕਦਾ, ਅਤੇ ਅੱਜ ਮੈਂ ਆਪਣੇ ਪ੍ਰਿੰਸੀਪਲ ਦੇ ਨਾਲ ਸਿੱਧੀ ਗੱਲ ਕਰ ਰਿਹਾ, ਅਤੇ ਅੱਜ ਮੈਨੂੰ ਲੱਗਦਾ ਇਹਨਾਂ ਬੱਚਿਆਂ ਨੂੰ ਹੋਰ ਵੀ ਮਾਣ ਹੋਏਗਾ ਕਿ ਨਾ ਸਿਰਫ ਪ੍ਰਿੰਸੀਪਲ ਨਾਲ ਬਟ ਆਪਣੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਾਲ ਰਿਪੋਰਟ, ਔਰ ਇਹ ਬੱਚੇ ਕਿੰਨਾ ਅੰਦਰੋਂ ਫੀਲ ਹੋ ਰਿਹਾ ਹੋਏਗਾ ਉਹ ਅਸੀਂ ਅੰਦਾਜ਼ਾ ਲਾ ਸਕਦੇ। ਅਤੇ ਹੁਣ ਅੱਗੇ ਇਹ ਹੈ ਕਿ ਜਿਹੜਾ ਵਾਰ ਵਾਰ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚੋਂ ਟੀਚਰ ਉੱਠ ਕੇ ਇਸ ਕੰਮ ਨੂੰ ਕਰਨ, ਅਤੇ ਉਹ ਤਾਂ ਜੇ ਸਾਰੇ ਰਲ ਮਿਲ ਕੇ ਹੰਬਲਾ ਮਾਰਾਂਗੇ ਤਾਂ ਹੋਣਾ, ਇੰਨਾ ਸੌਖਾ ਕੰਮ ਨਹੀਂ। ਅਤੇ ਸਾਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਯੂਨੀਵਰਸਿਟੀ ਨੇ ਹੁਣ ਤੱਕ ਦੀ ਸਪੋਰਟ ਰੱਖੀ ਹੈ ਸਬਜੈਕਟ ਨੂੰ, ਇਹ ਰੱਖਣੀ ਬੜੀ ਜ਼ਰੂਰੀ ਹੈ। ਜੇ ਸੋਚੀਏ ਕਿ ਸਪੋਰਟ ਤੋਂ ਬਿਨਾਂ ਸਮਾਜ ਦੇ ਵਿੱਚ ਉਹਨੂੰ ਚਲਾਉਣਾ ਕਾਫੀ ਚੈਲੇਂਜ ਹੈ। ਕਈ ਸਟੂਡੈਂਟਸ ਵੱਲੋਂ ਗੱਲ ਆ ਰਹੀ ਹੈ ਕਿ ਪਹਿਲਾਂ ਅਸੀਂ ਸੋਚਦੇ ਸੀ ਕਿ ਬਈ ਬੀਟੈਕ ਕਰਨ ਦਾ ਮਤਲਬ ਇਹ ਹੈ, MBA ਕਰਨ ਦਾ ਮਤਲਬ ਇਹ ਹੈ ਕਿ ਇੱਕ ਅੱਛੀ ਕੰਪਨੀ ਦੇ ਅੰਦਰ ਅੱਛੀ ਸੈਲਰੀ ਪੈਕੇਜ ਨਾਲ ਨੌਕਰੀ ਕਰਨਾ, ਬਸ ਇਹੀ ਉਸਦਾ ਮੇਨ ਪਰਪਸ ਹੈ। ਲੇਕਿਨ ਹੁਣ ਕਈਆਂ ਨੂੰ ਲੱਗ ਰਿਹਾ ਕਿ ਨਹੀਂ, ਅਗਰ ਅਸੀਂ ਕੰਪਨੀਜ਼ ਦੇ ਵਿੱਚ ਜੋਬ ਕਰਨ ਦੀ ਔਰ ਸਿਰਫ ਹਾਈ ਸੈਲਰੀ ਪੈਕੇਜ ਦੇ ਪਿੱਛੇ ਜਾਣ ਦੀ ਬਜਾਏ ਅਗਰ ਅਸੀਂ ਟੀਚਿੰਗ ਕਰਦੇ ਹਾਂ, MTech PhD ਕਰਕੇ ਟੀਚਿੰਗ ਕਰਦੇ ਹਾਂ, ਤਾਂ ਸ਼ਾਇਦ ਅਸੀਂ ਆਪਣੀ ਪੜ੍ਹਾਈ ਲਿਖਾਈ ਦਾ ਆਪਣੇ ਜੀਵਨ ਦਾ ਜ਼ਿਆਦਾ ਅੱਛਾ ਉਪਯੋਗ ਕਰ ਸਕਦੇ ਹਾਂ, ਜ਼ਿਆਦਾ ਇੰਜੋਏ ਕਰ ਸਕਦੇ। ਕੁਛ ਵਿਦਿਆਰਥੀਆਂ ਨੂੰ ਇਹ ਲੱਗਿਆ ਕਿ ਸ਼ਾਇਦ ਟੀਚਿੰਗ ਦੀ ਬਜਾਏ ਮੈਂ ਮਕੈਨੀਕਲ ਇੰਜੀਨੀਅਰਿੰਗ ਕਰ ਰਿਹਾ, ਮੈਂ ਅਗਰ ਐਪਰੋਪ੍ਰੀਏਟ ਟੈਕਨੋਲੋਜੀ ਡਿਵੈਲਪਮੈਂਟ ਦੇ ਵਿੱਚ ਆਪਣਾ ਕਿਧਰੇ ਯੋਗਦਾਨ ਕਰ ਸਕਾਂ ਐਸੀ ਜਗ੍ਹਾ ਦੇ ਵਿੱਚ, ਉਸਨੂੰ ਜ਼ਿਆਦਾ ਮੈਂ ਇੰਜੋਏ ਕਰਾਂ। ਕੁਛ ਲੋਕਾਂ ਨੂੰ MBA ਕਰਨ ਵਾਲਿਆਂ ਨੂੰ ਇਹ ਲੱਗਿਆ ਕਿ ਅਗਰ ਮੈਂ ਕਿਸੇ ਐਸੇ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦਾ ਮੈਨੂੰ ਕੋਈ ਮੌਕਾ ਮਿਲੇ ਕਿ ਜਿੱਥੇ ਮੈਂ ਕੁਛ ਠੀਕ ਤਰ੍ਹਾਂ ਦੇ ਮੈਨੇਜਮੈਂਟ ਮਾਡਲਸ ਨੂੰ ਡਿਵੈਲਪ ਕਰਨ ਦੇ ਲਈ ਕੰਮ ਕਰ ਸਕਾਂ ਤਾਂ ਮੈਂ ਜ਼ਿਆਦਾ ਇੰਜੋਏ ਕਰਾਂਗਾ, ਜਾਂ ਉਸ ਤਰ੍ਹਾਂ ਦੀ ਆਪਣੀ ਪੋਟੈਂਸ਼ੀਅਲ ਨੂੰ ਮੈਂ ਵਿਕਸਿਤ ਕਰ ਸਕਾਂ। ਕੁਛ ਐਸੇ ਵਿਦਿਆਰਥੀ ਵੀ ਨਿਕਲੇ ਕਿ ਜਿਨ੍ਹਾਂ ਨੇ ਕਿਹਾ ਕਿ ਵੀ ਅਸੀਂ ਆਪਣੀ ਮੇਰੀ ਖੇਤੀ ਦੀ ਬੈਕਗਰਾਊਂਡ ਹੈ, ਮੈਂ ਅਗਰ ਆਪਣੇ ਇਸ ਐਜੂਕੇਸ਼ਨ ਨੂੰ ਆਪਣੇ ਪੋਟੈਂਸ਼ੀਅਲ ਨੂੰ ਆਪਣੇ ਸਾਰੀ ਪ੍ਰਤਿਭਾ ਸ਼ਕਤੀ ਨੂੰ ਅਗਰ ਮੈਂ ਆਪਣੀ ਖੇਤੀ 'ਚ ਉਪਯੋਗ ਕਰਦਾ ਤਾਂ ਸ਼ਾਇਦ ਜ਼ਿਆਦਾ ਮੈਨੂੰ ਅੱਛਾ ਲੱਗੇਗਾ। ਔਰ ਕਿਸੇ ਨੂੰ ਲੱਗਦਾ ਹੈ ਕਿ ਅਗਰ ਮੈਂ ਨੌਕਰੀ ਕਰਨ ਦੀ ਬਜਾਏ ਆਪਣਾ ਫੈਮਿਲੀ ਬਿਜ਼ਨਸ ਜਾਂ ਆਪਣਾ ਐਂਟਰਪ੍ਰੀਨਿਓਰ ਦੇ ਤੌਰ 'ਤੇ ਨਵਾਂ ਬਿਜ਼ਨਸ ਸ਼ੁਰੂ ਕਰਦਾ ਤਾਂ ਸ਼ਾਇਦ ਮੈਂ ਜ਼ਿਆਦਾ ਅੱਛੇ ਤਰੀਕੇ ਨਾਲ ਆਪਣੇ ਆਪ ਨੂੰ। ਕੁਛ ਵਿਦਿਆਰਥੀਆਂ ਨੇ ਇਹ ਵੀ ਰੁਚੀ ਦਿਖਾਈ ਕਿ ਅਸੀਂ BTech ਜਾਂ MBA ਕਰਨ ਤੋਂ ਬਾਅਦ ਇੱਕ ਸਾਲ ਜਾਂ ਦੋ ਸਾਲ ਦਾ ਬ੍ਰੇਕ ਲੈਣਾ ਚਾਹੁੰਦੇ, ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਪੜ੍ਹਾਈ ਵੱਲ ਅਸੀਂ ਆ ਗਏ ਇਹ ਕੋਈ ਸਾਡੀ ਜ਼ਿੰਦਗੀ ਨਾਲ ਸਾਡੀ ਰੁਚੀ ਨਾਲ ਮੈਚ ਨਹੀਂ ਕਰਦੀ। ਆਪਣੀ ਰੁਚੀ ਕੀ ਹੈ, ਆਪਣੀ ਕੀ ਕੰਟਰੀਬਿਊਸ਼ਨ ਸੁਸਾਇਟੀ 'ਚ ਹੋ ਸਕਦੀ ਹੈ, ਇਸ ਨੂੰ ਸਮਝਣ ਵਾਸਤੇ ਇੱਕ ਸਾਲ ਦੋ ਸਾਲ ਦਾ ਬ੍ਰੇਕ ਲੈਣਾ ਚਾਹੀਦਾ। ਇਸ ਤਰੀਕੇ ਦੇ ਅਲੱਗ ਅਲੱਗ ਐਗਜ਼ਾਮਪਲਸ ਪਿਛਲੇ ਦੋ ਸੈਸ਼ਨ ਦੇ ਵਿੱਚ ਧਿਆਨ 'ਚ ਆਏ, ਸਬਜੈਕਟ ਨੂੰ ਅੱਗੇ ਵਧਾਉਣ ਵਾਸਤੇ ਇਸਦਾ ਅਸਰ ਅੱਗੇ ਵਧੇ ਉਸ ਦ੍ਰਿਸ਼ਟੀ ਨਾਲ ਹਰ ਪਾਸੋਂ ਸਪੋਰਟ ਦੀ ਜ਼ਰੂਰਤ ਹੈ। ਇੱਕ ਵਿਸ਼ੇ ਦੀ ਚਰਚਾ ਪਿਛਲੇ ਦਿਨਾਂ 'ਚ ਜਗਮੀਤ ਜੀ ਨਾਲ, ਜਤਿੰਦਰ ਜੀ ਨਾਲ, ਬਾਗੜੀਆ ਜੀ ਨਾਲ ਹੋਈ ਹੈ ਕਿ ਐਸੇ ਵਿਦਿਆਰਥੀ ਜਿਹੜੇ ਆਪਣਾ ਫਾਈਨਲ ਈਅਰ ਕਰਨ ਤੋਂ ਬਾਅਦ ਇਸ ਕੰਮ ਦੇ ਵਿੱਚ ਆਪਣੇ ਜੀਵਨ ਵਿੱਚ ਕੁਝ ਪ੍ਰਯੋਗ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇੱਕ ਸਾਲ ਵਾਸਤੇ ਜਾਂ ਦੋ ਸਾਲ ਵਾਸਤੇ ਕੁਝ ਸਪੋਰਟ ਯੂਨੀਵਰਸਿਟੀ ਵੱਲੋਂ ਮਿਲ ਸਕੇ, ਕੁਝ ਸਕਾਲਰਸ਼ਿਪ ਯੂਨੀਵਰਸਿਟੀ ਵੱਲੋਂ ਮਿਲ ਸਕੇ, ਉਸਦੀ ਇੱਕ ਸਕੀਮ ਵੈਲਿਊ ਐਜੂਕੇਸ਼ਨ ਸੈੱਲ
तैयार करे ताकि वो हमने तो ही अगर फाइनल ईयर स्टूडेंट्स को दसया जा सके कि इन्ने स्कॉलरशिप्स एक साल ले दो साल दिते जा सकते जेडे इस विषय से अपने बीटेक कंप्लीट होने तो बाद साल दो साल काम करना चाहते हैं उन्होंने ये दिक्कत ना होगी भी घरों पैसे लेने पैणगे या इस तरीके की उन्होंने अपन निजी लोड़ा जड़िया ने वो पूरिया हो सकन वो बारे भी वैल्यू एजुकेशन सैल जो है वो उपराला करे उन्होंने क्या है।